बंदोबस्त घट हुए तो राइफल उन्होंने देखने जिदा कहते भी नवा चंद चढ़िया इदा राइफल दुनिया देखती थी तेरे देखियो जी नहीं सी ਹੁਣ ਕਿਤੇ ਤੁਰੇ ਤੁਰੇ ਜਾਂਦੇ ਨੇ ਕੰਜਰ ਦੇ ਨੇ ਹੈ ਤੁਸੀਂ ਕਰ ਦੇਣਾ ਬੁੜੀਆਂ ਕੋਠਿਆਂ ਦੇ ਉੱਤੇ ਡਿੱਗ ਪੈਣੀ ਦੇਖ ਲਈ ਜਾਂਦੀ ਦੇਖਣੀ ਰਾਈਫਲ ਐਂਦੇ ਕਿ ਨੀਵੇਂ ਉਹ ਗਲੀ ਜਾਂਦਾ ਵਾ ਹੁਣ ਹੈ ਤੇ ਕੰਨ ਕੰਨ ਜਾ ਕੇ ਤਾਂ ਕਰਨੀ ਬੁੜੀਆਂ ਡਿੱਗ ਪੈਣ ਪਿੱਛੇ ਡਰ ਕੇ ਉਹਨੂੰ ਜਿਲਦਾ ਲੈ ਕੇ ਆਉਂਦਾ ਟੈਂਕ ਆ ਗਿਆ ਸਾਨੂੰ ਕੀ ਪਤਾ ਇਹ ਟੈਂਕ ਪਰ ਨਾ ਦੇਖਿਆ ਨਾ ਪਤਾ ਉਹ ਜਦ ਨੂੰ ਪਾਣੀ ਹੋਵੇ ਅਰੜਾ ਉਹਦੇ ਬੀਜੀ ਹੂੰ ਗੂੰਜ ਉਹਦੀ ਪੈਂਦੀ ਆ ਵੀ ਉੱਦਾਂ ਹੀ ਤੁਰਿਆ ਜਾਵੇ ਸਾਫ ਉਹ ਖੁੱਬੇ ਬਿਨਾਂ ਸਾਨੂੰ ਕੀ ਪਤਾ ਟੈਂਕ ਆ ਅਸੀਂ ਨਾ ਉੱਥੇ ਬੰਦਾ ਦੱਸੇ ਨਾ ਪਰਿੰਦਾ ਕੁਛ ਵੀ ਨਹੀਂ ਉਹ ਇਕੱਲਾ ਹੀ ਤੁਰਿਆ ਜਾਵੇ ਸਾਨੂੰ ਕੀ ਪਤਾ ਚਲਾਉਣ ਵਾਲਾ ਕਿੱਥੇ ਬੈਠਾ ਹੈ ਤਾਂ ਕਿਹੜਾ ਇਹਦੇ ਵਿੱਚ ਉਹ ਆ ਗਿਆ ਤਾਂ ਕਿਹੜਾ ਹੈ ਨਾ ਉੱਥੇ ਕੋਈ ਦੱਸ ਟੈਂਕ ਤਾਂ ਪਹਿਲੀ ਵਾਰੀ ਵੇਖਿਆ ਸੀ ਪਹਿਲੀ ਵਾਰੀ ਜਿਲ੍ਹਾ ਉੱਥੇ ਆਏ ਕੋਈ ਦਿਹਾੜੇ 15-20 ਕੱਟੇ ਤਾਂ ਬਿਮਾਰੀ ਪੈ ਗਈ ਪਲੇਗ ਦੀ ਉੱਥੇ ਜਿਹੜੀ ਦੁਨੀਆ ਮਰੀ ਨਾ ਕੋਈ ਹਿਸਾਬ ਹੀ ਨਹੀਂ ਰਿਹਾ ਕਈ ਪਟਿਆਲੇ ਚਾਰ ਚਪੇਰੇ ਦੀ ਕਬਰ ਹੀ ਕਬਰ ਹੋ ਗਈ ਟੋਆ ਕੱਢੀ ਜਾਣ ਵੇ ਸੱਟੀ ਜਾਣ ਨਾ ਕੋਈ ਨਲਾਵੇ ਨਾ ਚਲਾਵੇ ਨਲਾਵੇ ਤਾਂ ਪੀਣ ਨੂੰ ਤਾਂ ਪਾਣੀ ਨਾ ਲੱਭੇ ਨਲਾਵੇ ਉੱਥੇ ਕੀ ਕੋ ਟੱਲਾ ਕੋਈ ਨਾ ਖੇਸੂਆਂ ਦੇ ਆ ਖੇਸੀਆਂ ਚਾਦਰਾਂ ਦੇ ਤੰਬੂ ਲਾਏ ਇਹ ਕੋਲ ਹੋਣ ਸਲਾਮ ਅਲੈਕੁਮ ਚਾਚਾ ਜੀ ਵਾਲੇਕੁਮ ਅਸਲਾਮ ਰਹਿਮਤ ਖੁਦਾ ਦੀ ਕੀ ਹਾਲ ਹੈ ਤੁਹਾਡਾ ਅੱਲਾ ਦੀ ਬੜੀ ਰਹਿਮਤ ਹਰ ਤਰ੍ਹਾਂ ਦੀ ਖੈਰ ਵਾ ਜੀ ਇਹ ਨਾਂ ਕੀ ਤੁਹਾਡਾ ਗੁਲਾਮ ਰਸੂਲ ਤੇ ਤੁਹਾਡੀ ਹੁਣ ਉਮਰ ਕਿੰਨੀ ਹੋ ਗਈ ਹੈ 90 ਸਾਲ ਨੂੰ ਉੱਪਰ ਜਾ ਤੇ ਉਧਰੋਂ ਹਿਜਰਤ ਕਰਕੇ ਆਏ ਹੋ ਇੰਡੀਆ ਵੱਲੋਂ ਹਾਂਜੀ 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 ਕਿਹੜੇ ਸ਼ਹਿਰ ਚੋਂ ਹਿਜਰਤ ਕਰਕੇ ਆਏ ਹੋ ਕਿਹੜੇ ਸ਼ਹਿਰ ਖਨੌੜਾ ਚੱਕ ਅੱਛਾ ਖਨੌੜਾ ਤੋਂ ਆਏ ਹੋ ਤੇ ਗੱਲਾਂ ਯਾਦ ਆ ਸਾਰੀਆਂ ਉੱਥੋਂ ਦੀਆਂ ਬਿਲਕੁਲ ਯਾਦ ਆ ਜੀ ਆਓ ਹਾਂ ਫਿਰ ਬਹਿ ਕੇ ਆਪਾਂ ਉੱਥੇ ਗੱਲਬਾਤ ਕਰੀਏ ਚਲੋ ਜੀ ਆ ਜਾਓ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਅੱਲਾਹੁਮ ਸੱਲ ਅਲਾ ਮੁਹੰਮਦ ਵਾਲਾ ਆਲ ਮੁਹੰਮਦ ਵਬਾਰਿਕ ਵਸਲਿਮ ਲੱਖਾਂ ਕਰੋੜਾਂ ਦਰੂਦ ਸੋਹਣੇ ਕਮਲੀ ਵਾਲੇ ਆਕਾ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਅਲਿਹਿ ਵਸਲਮ ਤੇ ਆਪ ਦੀ ਆਲ ਤੇ ਆਪ ਦੇ ਸਿਹਾਬਾ ਤੇ ਨਾਜ਼ਰੀਨ ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ 147 ਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅੱਜ ਤੁਹਾਡੀ ਮੁਲਾਕਾਤ ਬਾਬਾ ਜੀ ਗੁਲਾਮ ਰਸੂਲ ਨਾਲ ਕਰਾਵਾਂਗੇ ਜਿਹੜੇ ਖਨੌੜਾ ਤੋਂ ਹਿਜਰਤ ਕਰਕੇ ਇੱਧਰ ਬਹਾਵਲ ਨਗਰ ਦੀ ਤਰਫ ਆਏ ਬਾਬਾ ਜੀ ਉਹਨਾਂ ਨੂੰ ਅੱਜ ਪੁੱਛਾਂਗੇ ਕਿ ਬਾਬਾ ਜੀ ਨੇ ਕਿਵੇਂ ਦਾ ਵੰਡ ਦੇ ਵਿੱਚ ਕਿਵੇਂ ਦੀਆਂ ਤਕਲੀਫਾਂ ਉਠਾਈਆਂ ਕਿੰਝ ਮੁਸ਼ਕਲਾਂ ਦਾ ਸਾਹਮਣਾ ਕੀਤਾ ਆਓ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਬਜ਼ੁਰਗੋ ਕੀ ਹਾਲ ਆ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਆ ਜੀ ਸਿਹਤਾਂ ਠੀਕ ਆ ਬਿਲਕੁਲ ਠੀਕ ਆ ਜੀ ਆਪਾਂ ਕਿਹੜੇ ਕਿੱਥੋਂ ਹਿਜਰਤ ਕਰਕੇ ਆਏ ਸੀ ਤੁਸੀਂ ਖਨੌੜਾ ਚੱਕ ਖਨੌੜਾ ਤੋਂ ਖਨੌੜਾ ਤਹਿਸੀਲ ਫਗਵਾੜਾ ਤਹਿਸੀਲ ਫਗਵਾੜਾ ਤੇ ਜ਼ਿਲ੍ਹਾ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਅੱਛਾ ਇਹ ਜੋ ਤੁਸੀਂ ਹਿਜਰਤ ਕਰਕੇ ਆਏ ਹੋ ਹਾਂਜੀ ਉੱਥੇ ਪਹਿਲਾਂ ਕੀ ਕਰਦੇ ਸੀ ਤੁਸੀਂ ਪਹਿਲੀ ਜ਼ਿਮੀਂਦਾਰ ਆਏ ਉੱਥੇ ਜ਼ਿਮੀਂਦਾਰਾ ਕਰਦੇ ਸੀ ਹਾਂਜੀ ਤੇ ਵਾਲਦ ਸਾਹਿਬ ਯਾਨੀ ਤੁਹਾਡੇ ਵਾਲਦ ਸਾਹਿਬ ਉੱਥੇ ਜ਼ਿਮੀਂਦਾਰ ਆਪਣੀ ਜ਼ਮੀਨ ਸੀ ਆਪਣੀ ਜ਼ਮੀਨ ਸੀ ਅੱਛਾ ਤੇ ਉਹ ਪਿੰਡ ਜਿਹੜਾ ਖਨੌੜਾ ਸੀ ਹਾਂਜੀ ਉਹ ਸਿੱਖਾਂ ਦਾ ਸੀ ਮੁਸਲਮਾਨਾਂ ਦਾ ਸੀ ਉਹ ਸਾਰੇ ਵਿੱਚ ਚਮਿਆਰ ਚੂੜੇ ਸਿੱਖ ਮੁਸਲਮਾਨ ਸਭ ਇੱਧਰ ਰਲ ਮੈਂ ਤੁਹਾਡੇ ਗਵਾਂਢੀ ਕੌਣ ਸੀ ਸਾਡੇ ਗਵਾਂਢੀ ਮੁਸਲਮਾਨ ਹੀ ਸੀ ਆਪਣੇ ਸਾਰੇ ਆਪਣੇ ਘਰ ਰਿਸ਼ਤੇਦਾਰ ਸੀ ਸਾਰੇ ਹਾਂ ਆਪਣੇ ਰਿਸ਼ਤੇਦਾਰ ਸੀ ਅੱਛਾ ਉਹ ਕਿੱਦਾਂ ਤੁਸੀਂ ਉੱਥੋਂ ਹਿਜਰਤ ਕਰਕੇ ਆਏ ਕੀ ਮਸਲਾ ਬਣਿਆ ਉਹ ਬਣਿਆ ਜੀ ਇਹ ਗੱਲਬਾਤ ਜਿੱਲਾ ਅਸੀਂ ਗਏ ਉੱਥੇ ਸਿੱਖੇ ਰਹਿੰਦੇ ਨਾ ਪਹਿਲਾਂ ਤੋਂ ਹਾਂ ਹਾਂ ਸਾਡੇ ਚਾਚੇ ਇੱਥੇ ਆ ਗਏ ਸੀ ਤੁਹਾਡੇ ਚਾਚੇ ਆ ਗਏ ਸੀ ਸਾਡੇ ਚਾਚੇ ਆਏ ਸੀ ਮੀਨ 'ਤੇ ਆ ਗਏ ਸੀ ਇਹ ਦੋ ਉਮਰ ਬੇਲਾ ਹੋਏ ਸੀ 500 ਸਕੀਮ 'ਤੇ 250 ਸਕੀਮ 'ਤੇ ਅੱਛਾ ਇੱਥੇ ਦੋ ਮਰਬੇ ਲਏ ਸੀ ਦੋ ਮਰਬੇ ਇੱਥੇ ਪੌਣੇ ਦੋ ਮਰਬੇ ਲਏ ਸੀ ਅੱਛਾ ਪਹਿਲੇ ਲਏ ਸੀ 250 ਦੀ ਸਕੀਮ 'ਤੇ ਫਿਰ ਲਏ ਸੀ 500 ਦੀ ਸਕੀਮ 'ਤੇ ਅੱਛਾ
ਜਦ ਨੂੰ ਫਿਰ ਇੱਥੋਂ ਸਾਡਾ ਚਾਚਾ ਇੱਥੇ ਉਹਦਾ ਪੁੱਤਰ ਕੁੱਤਿਆਂ ਨੇ ਵੱਢ ਲਿਆ ਹਲਕਿਆਂ ਨੇ ਉਹ ਉੱਥੇ ਲੈ ਕੇ ਚਲ ਗਿਆ ਇੱਥੇ ਤੰਗੀ ਸੀ ਬਹੁਤੀ ਉਹਨਾਂ ਸਾਡਾ ਉੱਥੇ ਗੁਜ਼ਾਰਾ ਵਾਲ ਸਾ ਉੱਥੇ ਲੈ ਕੇ ਚਲ ਗਿਆ ਅਤੇ ਜਾ ਕੇ ਕਹਿਣ ਲੱਗਾ ਬਈ ਅਲੀ ਬਖਸ਼ ਸ਼ਾਹ ਆਪਣੇ ਭਰਾ ਨੂੰ ਕਹਿਣ ਲੱਗਾ ਅਲੀ ਬਖਸ਼ ਸ਼ਾਹ ਮੁੰਡਾ ਕੁੱਤੇ ਨੂੰ ਵੱਢ ਲਿਆ ਹਲਕੇ ਹੋਏ ਨੇ ਹੁਣ ਇਹਦਾ ਹੱਲ ਡਾਕਟਰ ਨੂੰ ਕਿਤੇ ਪੁੱਛਿਆ ਉਹਨੂੰ ਕਹਿੰਦੇ ਲੱਗਣਗੇ ਇੱਕ ਮਹੀਨਾ ਟੀਕੇ ਅੱਛਾ ਅੱਛਾ ਕਿ ਹੁਣ ਟੀਕੇ ਲਾਉਣੇ ਤਾਂ ਜਾ ਕੇ ਲਾ ਰੋ ਰੋਜ਼ ਅੱਛਾ ਸੁਬਹਾ ਜਾਣਾ ਅਤੇ ਸ਼ਾਮ ਨੂੰ ਆਉਣਾ ਇਹ ਜਿਹੜਾ ਬੱਚਾ ਸੀਗਾ ਨਾਲ ਉਹਦੇ ਹਲ ਵੱਢਿਆ ਹੁਣ ਕਿਤੇ ਉਹਨੂੰ ਜਾਂਦੇ ਨੂੰ ਕਹਿਣਾ ਰੂਬੇ ਰਾਵੇ ਨਾ ਤੈਨੂੰ ਅਗੂ ਲੈ ਦੇ ਉਹ ਹੁਣ ਕਹਿਣਾ ਆ ਕੇ ਤਾਏ ਨੇ ਮੈਨੂੰ ਛੁੱਟੀਆਂ ਲੈ ਤੀਆਂ ਅਗੂਰ ਤਾਂ ਹੁਣ ਕਹਿਣਾ ਨਾ ਆਉਣਾ ਛੂਟੀਆਂ ਕਹਿਣਾ ਛੂਟੀਆਂ ਅੱਛਾ ਆਹੋ ਜਦ ਨੂੰ ਕਹਿਣਾ ਵੀ ਮੈਂ ਤਾਇਆ ਮੈਨੂੰ ਲੈਣ ਦਾ ਮੈਂ ਖਾਂਦਾ ਰਹਿੰਦਾ ਜਦ ਨੂੰ ਮਹੀਨਾ ਪੂਰਾ ਲੰਘਿਆ ਆਖਰੀ ਟੀਕਾ ਲੈ ਆਖਰੀ ਟੀਕਾ ਜਿਹੜਾ ਕਰਾ ਕੇ ਤੁਰਿਆ ਆਉਂਦਾ ਤਾਂ ਮੋਹਰੇ ਸਿੱਖ ਖੜੇ ਆ ਅੱਛਾ ਜਿਹੜਾ ਸਿੱਖ ਖੜੇ ਉਹ ਉਹਨਾਂ ਨੂੰ ਨਾ ਕੋ ਪੰਜ ਦਸ ਕਰਮ 'ਤੇ ਫਰਕ ਸੀਗਾ ਹਜੇ ਸਾਡੇ ਬਾਪ ਦਾ ਤਾਂ ਸਿੱਖਾਂ ਦਾ ਉਹ ਆਪਸ ਮੇ ਗੱਲ ਕਰਦੇ ਵੀ ਮਸਲਾ ਆ ਰਿਹਾ ਝਟਕਾ ਕਰ ਲਈ ਬਾਲਾ ਤੁਹਾਡੇ ਦਾ ਨਾਮ ਕੀ ਦੱਸਿਆ ਅਲੀ ਬਖਸ਼ ਅਲੀ ਬਖਸ਼ ਅੱਛਾ ਅੱਗੇ ਮਸਲਾ ਆਉਂਦਾ ਉਹ ਮਸਲਾ ਕਹਿੰਦੇ ਨਾਂ ਨਹੀਂ ਲੈਂਦੇ ਸੀ ਮਸਲਾ ਆਉਂਦਾ ਪਿਆ ਝਟਕਾ ਕਰੀਏ ਅੱਛਾ ਉਹ ਸਾਡੇ ਬਾਪ ਨੂੰ ਕਿਤੇ ਖੜਾ ਜਿਲ੍ਹਾ ਨੂੰ ਦੇਖਿਆ ਨਾ ਇਹਨਾਂ ਕੋਲ ਤਲਵਾਰ ਵਾ ਉਹ ਉੱਥੇ ਖੜਾ ਹੋ ਗਿਆ ਜਿਲ੍ਹਾ ਨੂੰ ਕਿਹਾ ਝਟਕਾ ਕਰੀਏ ਉੱਥੇ ਪਿੱਛੇ ਮੋੜਨ ਲੱਗ ਪਿਆ ਅੱਛਾ ਮੁੜ ਕੇ ਦੁਬਾਰਾ ਹਸਪਤਾਲ ਚੱਲ ਗਿਆ ਉਹ ਜਿਹੜਾ ਵੱਡਾ ਡਾਕਟਰ ਸੀ ਉਹ ਸਾ ਮੁਸਲਮਾਨ ਅੱਗੇ ਕੀ ਗਿਆ ਚੌਧਰੀ ਮੁੜਿਆ ਹੈ ਉਹ ਕਹਿੰਦਾ ਮੋਰਿਆ ਵਾਕਿਆ ਹੋ ਰਿਹਾ ਉਹਨੂੰ ਕਿਹਾ ਰਾਮ ਮੈਂ ਇੱਥੇ ਬਹਿ ਜਾ ਇਹ ਰੌਲਾ ਮਿਟਣ ਦੇ ਇਹ ਚੱਲ ਉੱਥੇ ਖੁਦਾ ਜਾਣ ਘੰਟਾ ਬੈਠੇ ਜਾਂ ਦੋ ਬੈਠੇ ਆ ਅਤੇ ਜਦ ਉਹਨੇ ਸ਼ਾਮ ਨੂੰ ਮੁੜ ਕੇ ਆਏ ਤਾਂ ਆਉਂਦਿਆਂ ਨੇ ਵਾਕਿਆ ਸੁਣਾ ਤਾ ਵੀ ਅੱਜ ਰੌਲਾ ਲਾਹੌਰ 'ਚ ਪੈ ਗਿਆ ਤਾਂ ਸੁਣਾਉਂਦੇ ਹੋ ਸਾਨੂੰ ਪਹਿਲਾਂ ਹੀ ਸੀਗੇ ਅਤੇ ਇੱਧਰ ਹਿੰਦੁਸਤਾਨ ਬਣ ਗਿਆ ਪਾਕਿਸਤਾਨ ਉੱਧਰ ਬਣਿਆ ਜਦ ਨੂੰ ਕੁਦਰਤ ਖੁਦਾ ਦੀ ਜਿੰਨਾ ਉਹਨੇ ਆ ਕੇ ਸੁਣਾਇਆ ਤਾਂ ਸਾਡਾ ਚਾਚਾ ਲੈ ਕੇ ਮੁੰਡੇ ਨੂੰ ਦੂਏ ਦਿਨ ਤਿਆਰ ਹੋ ਗਿਆ ਅੱਛਾ ਇੱਥੇ ਆਉਣ ਅੱਛਾ ਨਾਲ ਸਾਡਾ ਫੁੱਫੜ ਵੀ ਇੱਕ ਹੋਵੇ ਇੱਥੇ ਆ ਤਾਂ ਕਹਿਣ ਲੱਗਾ ਅਲੀ ਬਖਸ਼ਾ ਅੱਗੇ ਹਾਂ ਕਹਿੰਦਾ ਵਾਕਿਆ ਸੁਣ ਤਾਂ ਤੂੰ ਲਿਆ ਤਾਂ ਦੇਖ ਵੀ ਲਿਆ ਕੁਛ ਤਾਂ ਚਲੋ ਚਲੀਏ ਸਾਡਾ ਬਾਪ ਕਹਿਣ ਲੱਗਾ ਅਲੀ ਬਲੀ ਮਮਦਾ ਕਿ ਹਾਂਜੀ ਅੱਗੇ ਆ ਦੇਖ ਤਾਂ ਮੇਰਾ ਲਾਣਾ ਕਿੰਨਾ ਮੈਂ ਕਿੱਦਾਂ ਛੱਡ ਕੇ ਤੁਰ ਪਾ ਪੰਜ ਚਾਰ ਮੱਝਾਂ ਵੀ ਆ ਢੱਗੇ ਵੀ ਸਾਰੇ ਪਿੰਡ 'ਚ ਵੱਧ ਕੇ ਆ ਮੈਂ ਕਿੱਦਾਂ ਛੱਡ ਕੇ ਅਖੇ ਤੁਰ ਪਾ ਅਖੀਰ ਉਹਨਾਂ ਨੇ ਜਵਾਬ ਸਵਾਲ ਇਹ ਕਰਕੇ ਦੁਆ ਸਲਾਮ ਲਈ ਤਾਂ ਤੁਰਨੇ ਆਈ ਗੱਲ ਕੀਤੀ ਰੇਲ ਚੜ੍ਹੇ ਇੱਧਰ ਆ ਗਏ ਉੱਥੋਂ ਆ ਗਏ ਫਿਰ ਬਾਲਾ ਤੁਹਾਡੇ ਨਹੀਂ ਅਸੀਂ ਹਜੇ ਉੱਥੇ ਹੀ ਸੀ ਅੱਛਾ ਉਹ ਆ ਗਏ ਤੁਹਾਡੇ ਚਾਚਾ ਸਾਡਾ ਆ ਗਿਆ ਲੈ ਕੇ ਆਪਣੇ ਬੱਚੇ ਨੂੰ ਲੈ ਕੇ ਆ ਗਏ ਹਾਂਜੀ ਜਿਲ੍ਹਾ ਆ ਗਿਆ ਉੱਥੇ ਤੀਆ ਦਿਨ ਪਿਆ ਤਾਂ ਜਦ ਨੂੰ ਨਾ ਰੌਲਾ ਪੈ ਗਿਆ ਇਹ ਵੀ ਫਲਾਨਾ ਚੱਕ ਉੱਠ ਕੇ ਕਨੌੜਿਆ ਵੜਿਆ ਫਲਾਨਾ ਚੱਕ ਉਸ ਪਦਿਆਣਾ ਰਹਾਣਾ ਮੇਟਾਣਾ ਸਿੰਬਲੀ ਫਗਲਾਣਾ ਇਹ ਸਾਰੇ ਚੱਕ ਨਾ ਕਨੌੜਿਆ ਨੂੰ ਹੋਇਆ ਇਹ ਲਾਗੇ ਲਾਗੇ ਸੀ ਖਨੌੜੇ ਇਹ ਕੋਲ 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 ਜਿੱਦਾਂ ਹੁਣ ਆਲੇ ਦੁਆਲੇ ਆ ਆਪਣੇ ਚੱਕੋ ਨਾ ਇਹ ਆ ਹੋਵੇ ਦਾਰੂ ਕਲਾ ਪਾਈ ਅਤੇ ਕਿਲਾ ਵੀ ਸੀਗਾ ਅੱਛਾ ਦੀਵਾਨ ਖਾਨਾ ਵੀ ਖਨੌੜੇ ਦੇ ਵਿੱਚ ਹੀ ਸਾ ਅੱਛਾ ਕਿ ਕਿਲਾ ਵੀ ਖਨੌੜੇ ਦੇ ਵਿੱਚ ਹੀ ਸਾ ਵਿਚਾਲੇ ਅੱਛਾ ਆਲੇ ਦੁਆਲੇ ਚੱਕ ਸੀ ਅਤੇ ਚੌਧਰੀਆਂ ਕੋ ਹੈਗੀਆਂ ਪੇਟੀਆਂ ਭਰੀਆਂ ਰਫਲਾਂ ਤਾਂ ਸੀਗੇ ਇੱਕ ਵੀ ਨਹੀਂ ਆਸੇ ਪਾਸੇ ਇਹ ਰੌਲਾ ਪਿਆ ਸੀ ਆਲੇ ਦੁਆਲੇ ਸਭ ਸਿੱਖਾਂ ਨੂੰ ਇਹੀ ਪਤਾ ਸੀ ਦੋਨੋਂ ਸਭ ਚੌਧਰੀਆਂ ਕੋ ਪੇਟੀਆਂ ਭਰੀਆਂ ਅੱਛਾ ਤਾਂ ਸੀਗੀ ਕੋਈ ਵੀ ਜਿਹੜੇ ਲਾਗੇ ਲਾਗੇ ਵਾਲੇ ਪਿੰਡ ਨਾਂ ਦੱਸੇ ਆ ਉਹ ਸਿੱਖਾਂ ਦੇ ਸੀ ਉਹ ਸਿੱਖਾਂ ਦੇ ਵਿੱਚ ਮੁਸਲਮਾਨ ਆ ਅੱਛਾ ਅੱਛਾ ਹਾਂ ਬਹੁਤੇ ਮੁਸਲਮਾਨ ਦੇ ਨੇ ਤੇ ਜਿਹੜੇ ਹਿੰਦੂਆਂ ਦੇ ਸੀ ਉਹ ਪਿੱਛੇ ਅਟਮੇ ਤੁਹਾਡੀ ਉਦੋਂ ਉਮਰ ਕਿੰਨੀ ਸੀ ਮੇਰੀ ਉਮਰ ਥੋੜ੍ਹੀ ਵੀ ਹੋਊਗੀ ਮੈਂ ਦੱਸਦਾ ਤਾਂ 11 ਕੁ ਸਾਲ ਦਾ ਤਾਂ ਉਹ ਲੱਸੀ ਕਿ ਮੇਰੇ ਕੋਲ 2 ਸਾਲ ਉੱਤੇ ਹੀ ਹੋਊਗੀ ਅੱਛਾ ਮੈਨੂੰ ਸੁਰਤ ਸੀ ਜੀ ਚੰਗੀ ਸੁਰਤ ਸੀ ਮੈਨੂੰ ਜਦ ਨੂੰ ਜਿੰਨਾ ਪੈਸੇ ਅੱਗੇ ਦਿਓ ਅਸਲਾ ਮੰਗਾਈਏ ਚੌਧਰੀ ਕਹਿ ਹਾਂਜੀ ਪੈਸੇ ਅੱਗੇ ਦਿਓ ਰੈਫਲਾਂ ਲੈ ਕੇ ਆਵਾਂ ਉਹ ਲੈਣ ਚਲ ਗਿਆ ਮਗਰੋਂ ਰੌਲਾ ਪੈ ਗਿਆ ਅੱਛਾ ਰੈਫਲਾਂ ਲੈਣ ਕੌਣ ਚਲਾ ਗਿਆ ਚੌਧਰੀ ਲੰਬੜਦਾਰ ਲੰਬੜਦਾਰ ਜਿਹੜਾ ਲੰਬੜਦਾਰ ਜਿਹੜਾ ਜਿਹੜਾ ਲੈਣ ਚਲ ਗਿਆ
ਤੇ ਮਗਰ ਹੁਣ ਜਿਹੜਾ ਰੌਲਾ ਪਿਆ ਤੇ ਇਹ ਮੁਕਾਬਲਾ ਹੋਣ ਲੱਗ ਪਿਆ ਤੇ ਜਦੋਂ ਹੁਣ ਇੱਧਰ ਸਿੱਖ ਇੱਧਰਲੇ ਪਾਸੇ ਸਿੱਖ ਖੜੇ ਸੀ ਇੱਧਰਲੇ ਪਾਸੇ ਮੁਸਲਮਾਨ ਖੜੇ ਕੁਤਬ ਵਾਲੇ ਪਾਸੇ ਸਿੱਖ ਖੜੇ ਉਹ ਜਦ ਨੂੰ ਨਾ ਉਹਨਾਂ ਨੇ ਕੀ ਕੀਤਾ ਹਜੇ ਨਾਰਾ ਨਹੀਂ ਲੱਗਾ ਗੜਾ ਸਿੱਖ ਛੁਰ ਇਹ ਸੀ ਛਵੀਆਂ ਵਰਸੇ ਹਰ ਕਿਸੇ ਕੋਈ ਮਸ਼ੀਨਾਂ ਦੇ ਗੜਾ ਸੇ ਲਵਾਏ ਸੀ ਡੰਡਿਆਂ ਨੇ ਅੱਛਾ ਆਹੋ ਉਦੋਂ ਤੋਂ ਖੁਦਾ ਦੀ ਜਦ ਨੂੰ ਇਹ ਟਾਈਮ ਆਇਆ ਨਾ ਤਾਂ ਹਜਾਜ ਆਉਂਦਾ ਉਹਨਾਂ ਦਾ ਕਾਲੇ ਰੰਗ ਦਾ ਅੱਛਾ ਹਿੰਦੂਆਂ ਦਾ ਜਿਹੜਾ ਹਜਾਜ ਆਇਆ ਉਹ ਨੀਮਾ ਆ ਕੇ ਇਹਨਾਂ ਦੇ ਮੁਸਲਮਾਨਾਂ ਦੇ ਤੋਂ ਲੰਘਦਾ ਉਹਨੂੰ ਜਿੱਥੇ ਉਹਨਾਂ ਦਾ ਕਾਫਲਾ ਖੜਾ ਸੀ ਨਾ ਮਾਰਨੇ ਨੂੰ ਖੜੇ ਸੀ ਉੱਥੇ ਆ ਕੇ ਉਹਨਾਂ ਨੂੰ ਨੀਵਾਂ ਦੇ ਕੇ ਗੇੜਾ ਦਿੱਤਾ ਗੇੜਾ ਦੇ ਕੇ ਰੱਖਦਾ ਸਰ ਉਹਨਾਂ ਨੂੰ ਸੁੱਟਤੀਆਂ ਉਹਨਾਂ ਨੂੰ ਉਹਨਾਂ ਵਾਸਤੇ ਸੁੱਟ ਦਿੱਤੀਆਂ ਅੱਛਾ ਜਿੱਲਾ ਸੁੱਟ ਦਿੱਤੀਆਂ ਉਹਨਾਂ ਉਹਨੂੰ ਉੱਥੋਂ ਹੀ ਦਸਾਂ ਟਾਈਮ ਤਾਂ ਚੱਕ ਲਿਆ ਹਜਾਜ ਨੂੰ ਹਜਾਜ ਚੱਕਿਆ ਮੁੜ ਕੇ ਕੋਈ ਥੋੜ੍ਹੇ ਹੀ ਟਾਈਮ ਗੁਜ਼ਰਿਆ ਵਾਪਸ ਪੇ ਆ ਗਿਆ ਫਿਰ ਲੈ ਕੇ ਅਸਲਾ ਅਸਲਾ ਲੈ ਕੇ ਜਿੱਲਾ ਕੁਦਰਤੀ ਆਇਆ ਉਹਨੂੰ ਉੱਦਾਂ ਹੀ ਗੇੜਾ ਫੇਰ ਦਿੱਤਾ ਜ਼ਮੀਨ ਦੇ ਬਰਾਬਰ ਹੋ ਕੇ ਆਉਂਦੇ ਕਿ ਜਿੱਦਾਂ ਕਹਿੰਦੇ ਸੁੱਟ ਦਿੱਤਾ ਅਸਲਾ ਉਹਨਾਂ ਨੇ ਕੀ ਕੀਤਾ ਉਹ ਤਾਂ ਹਜਾਜ ਤਾਂ ਲੈ ਕੇ ਚੱਲਦਾ ਹੋਇਆ ਉਹਨਾਂ ਨਾਲ ਜਿੱਦਾਂ ਮਾਈਆਂ ਨਾ ਚੋਲੀਆਂ ਪਾਰੀਆਂ ਕਪਾਹ ਦੀਆਂ ਇਵੇਂ ਚੋਲੀਆਂ ਲਈਆਂ ਪਾ ਰਹੇ ਕਿੰਨਾ ਨੇ ਸਿੱਖਾਂ ਹਿੰਦੂਆਂ ਹਿੰਦੂਆਂ ਅੱਛਾ ਜਦੋਂ ਮੈਂ ਭਰ ਲਈਆਂ ਤਾਂ ਕੁਦਰਤ ਖੁਦਾ ਜੀ ਉਹਨਾਂ ਦਿਨਾਂ 'ਚ ਮੱਕੀ ਬੜੀ ਸੀ ਬਾਰਿਸ਼ ਬੜੀ ਪਈ ਹੋਈ ਸੀ ਕਮਾਦ ਵੀ ਚੰਗੇ ਸੀ ਉਹ ਜਦ ਨੂੰ ਉਹਨਾਂ ਨੇ ਤਿਆਰ ਤਾਂ ਹੋ ਗਿਆ ਉਹ ਉੱਥੇ ਖੜ੍ਹੇ ਤਿਆਰ ਹੋ ਗਿਆ ਇੱਧਰ ਖੜ੍ਹੇ ਤਿਆਰ ਹੋ ਗਿਆ ਇੱਧਰ ਖੜ੍ਹੇ ਤਿਆਰ ਇੱਧਰ ਖੜ੍ਹੇ ਹੋ ਗਏ ਉਹਨੇ ਪਿੱਠਾਂ ਜੋੜ ਲੈਣੀਆਂ ਇੱਦਾਂ ਇੱਦਾਂ ਪਿੱਠਾਂ ਜੋੜ ਕੇ ਨਿਭਾ ਗੋਲੀ ਚਲਾਈ ਜਾਂਦੇ ਗੋਲੀ ਚਲਾਈ ਜਾਣੀ ਗੋਲੀ ਚਲਾਈ ਜਾਂਦੇ ਆ ਜੀ ਉਹ ਨਹੀਂ ਦੇਖਦੇ ਨਿਸ਼ਾਨਾ ਉਹ ਨਹੀਂ ਕਰਦੇ ਪਰ ਚਲਾਈ ਜਾਣੀ ਕੱਢੀ ਜਾਣੀ ਗੋਲੀ ਚੌਵੀ ਪਾਸੇ ਅਖੀਰ ਉੱਥੇ ਲੰਮੇ ਪੈ ਪੈ ਕੇ ਮੱਕੀਆਂ ਦੇ ਵਿੱਚ ਨਿਕਲੇ ਵਿੱਚ ਬੰਦੇ ਕੁਦਰਤ ਖੁਦਾ ਦੀ ਅਸੀਂ ਨੱਠੇ ਜਾਂਦੇ ਹਾਂ ਜਦ ਨੂੰ ਅਸੀਂ ਪਿੰਡੋਂ 290 ਹਟਵੇਂ ਚੱਲ ਗਏ ਹਾਂ ਤਾਂ ਜਦ ਨੂੰ ਉਹ ਗੋਲੀ ਨੇ ਟਾਢੀਆਂ ਦੇ ਬਿਜ਼ੀ ਨਾ ਜਾਵੇ ਟੀ ਟੀ ਕਰਦੀ ਪੱਤਿਆਂ 'ਚ ਲੱਗ ਗਈ ਅੱਛਾ ਅਖੀਰ ਅਸੀਂ ਮੋਨੇ ਜਾ ਵੜੇ ਜਿੰਨਾ ਆਪਣਾ ਪੰਜ ਮੋਨਾ ਚੱਕ ਸੀ ਮੋਨਾ ਚੱਕ ਸਿੱਖਾਂ ਦਾ ਸਿੱਖਾਂ ਦਾ ਸੀ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਮੁਸਲਮਾਨ ਖਨੌੜੇ 'ਚੋਂ ਤੁਸੀਂ ਮੋਨੇ ਚਲੇ ਗਏ ਹਾਂ ਮੋਨੇ ਚੜ ਗਏ ਤੇ ਚਲੋ ਜਾਨ ਤਾਂ ਬਚਾਓ ਉੱਧਰ ਹਜੇ ਨਹੀਂ ਰੌਲਾ ਇਸੇ ਰੁਕ ਪਏ ਜਿੰਨਾ ਉੱਥੇ ਗਏ ਤਾਂ ਅਸੀਂ ਜਾ ਕੇ ਇੰਨਾ ਖੜੇ ਹੀ ਹੁੰਦੇ ਹਾਂ ਅਖੇ ਕਾਦੀਏ ਆ ਗਏ ਇਹਨਾਂ ਨੂੰ ਕਾਦੀਏ ਕਹਿੰਦੇ ਸੀ ਨਾ ਸਿੱਖਾਂ ਹਿੰਦੂਆਂ ਨੂੰ ਕਾਦੀਆ ਕੇ ਆ ਗਏ ਬਈ ਅਸੀਂ ਉੱਥੋਂ ਹੀ ਦਵਾ ਸਟਿਆ ਕੋਤਵਾਲ ਨੂੰ ਤੁਰ ਪਏ ਮੋਹਰੇ ਜਿੰਨਾ ਆਉਂਦੇ ਆ ਨਾ ਉਹ ਮੁਸਲਮਾਨ ਨੇ ਤੁਹਾਨੂੰ ਪਛਾਣਿਆ ਨਾ ਵੀ ਇਹ ਮੁਸਲਮਾਨ ਨੇ ਹੈਗੇ ਤਾਂ ਮੁਸਲਮਾਨ ਉਹ ਪਿੱਛੋਂ ਕਾਦੀਏ ਆ ਗਏ ਅੱਛਾ ਪਿੱਛੋਂ ਕਾਦੀ ਆ ਗਏ ਪਿੱਛੋਂ ਕਾਦੀ ਵੱਢਣੇ ਨੂੰ ਆ ਗਏ ਅੱਛਾ 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 ਆ ਚੜਿਆ ਆ ਜਦ ਨੂੰ ਕੁਦਰਤ ਖੁਦਾ ਦੀ ਜਿੱਲਾ ਇਹ ਟਾਈਮ ਆਇਆ ਅਸੀਂ ਫੇਰ ਖੜੇ ਖੜੇ ਹੁਣ ਤੁਰ ਪਏ ਮੂਹਰੇ ਹੋਵੇ ਪਾਣੀ ਦੋਵਾਂ ਚੋਂ ਮਰਬਿਆਂ ਦੇ ਵਿੱਚ ਦਿਖਦਾ ਤੇ ਜਿੱਥੋਂ ਦੀ ਉਹ ਕਰਾਸ ਹੁੰਦਾ ਸਾ ਲੰਘਦਾ ਸਾ ਉੱਥੋਂ ਸਹੀ ਥੁੱਕ ਲਾ ਕੇ ਉਹ ਖਾਲੇ ਜਿੰਨੀ ਨਹਿਰ ਜਿਹੀ ਬਣੀ ਜਿੱਦਾਂ ਨਹਿਰ ਆਉਂਦੀ ਨਾ ਇਵੇਂ ਨਹਿਰ ਬਣੀ ਤਾਂ ਪਾਣੀ ਇੰਨਾ ਕੁ ਤੇਜ਼ ਹੋਵੇ ਜਿੰਨਾ ਬੰਦਾ ਨੱਠਦਾ ਅਖੀਰ ਅਸੀਂ ਤਾਂ ਪੰਜ ਜਣੇ ਹੋ ਗਏ ਨਾ ਇੱਦਾਂ ਕਤਾਰ ਬੰਨੀ ਤਾਂ ਔਖੇ ਸੌਖੇ ਗਏ ਨੰਘ ਪਾਣੀ ਹੁੰਦਾ ਸਾਡੇ ਇੱਥੇ ਇੱਥੇ ਆਵੇ ਜਦ ਨੂੰ ਉਹਦੇ ਬਾਅਦ ਉਹ ਅੱਗੇ ਨੂੰ ਵੀ ਚੜ੍ਹ ਗਏ ਜੇ ਕੋਈ ਗੱਡੀ ਬੜੀ ਹੈ ਉਹ ਵੀ ਹੈ ਨਹੀਂ ਜੇ ਕੋਈ ਬੰਦਾ ਬੜਿਆ ਤਾਂ ਹੈ ਉਹ ਵੀ ਸਭ ਬਾਰਿਸ਼ਾਂ ਦਾ ਹੀ ਪਾਣੀ ਸੀ ਪਾਣੀ ਬਾਰਿਸ਼ ਦਾ ਅੱਛਾ ਬਹੁਤ ਬਾਰਿਸ਼ ਪੈਂਦੀ ਸੀ ਅੱਛਾ ਕੁਦਰਤ ਖੁਦਾ ਦੀ ਜਿੱਦਾਂ ਉਹ ਨੰਗੀ ਚੱਲ ਗਿਆ ਮੋਹਰੇ ਪਡੋਰੀ ਚੱਕ ਆਉਂਦਾ ਉਹ ਵੀ ਮੁਸਲਮਾਨਾਂ ਦਾ ਹੋਵੇ ਅੱਛਾ ਉੱਥੇ ਅਸੀਂ ਚੱਲ ਗਏ ਮਾੜੇ ਮੋਟੇ ਰਿਸ਼ਤੇਦਾਰ ਵੀ ਸੀਗੇ ਉੱਥੇ ਉੱਥੋਂ ਤੁਸੀਂ ਜਦੋਂ ਨਿਕਲੇ ਖਨੌੜਾ ਚੋਂ ਇੱਥੇ ਆਏ ਮੋਨੇ ਮੋਨੇ ਤੋਂ ਅੱਗੇ ਪਡੋਰੀ ਗਏ ਪਡੋਰੀ ਗਏ ਉਹ ਸਮਾਨ ਜਿਹੜਾ ਤੁਹਾਡਾ ਸੀ ਘਰ ਦਾ ਉਹ ਸਭ ਕੁਛ ਸਿੱਖਣ ਲੈ ਸਾਂਭ ਲਿਆ ਉੱਥੇ ਛੱਡ ਆਏ ਉਵੇਂ ਉਦਾਂ ਹੀ ਸਭ ਕੁਛ ਛੱਡ ਆਇਆ ਅੱਛਾ ਕੋਈ ਕਹਿ ਨਹੀਂ ਲਿਆ ਅੱਛਾ ਪੂਰਾ ਪਿੰਡ ਹੀ ਉੱਠਾ ਆ ਸਾਰਾ ਪਿੰਡ ਅੱਛਾ ਉਹਨਾਂ ਨੂੰ ਆਉਂਦੇ ਹਨ ਸਵਾ ਸਾਡਾ ਅੱਗ ਲਾ ਤੀ ਕੋਪਾਂ ਨੂੰ ਅੱਛਾ ਕੋਪਾਂ ਜਿਹੜਾ ਤੂੜੀ ਦੇ ਉਹਨੂੰ ਅੱਗ ਲਾ ਤੀ ਅਸੀਂ ਅਜੇ ਪਿੰਡੋਂ ਨਿਕਲ ਗਏ ਹਾਂ ਇੱਕ ਬਦਮਾਸ਼ ਸੀਗਾ ਉਹਦੇ ਕੋਲ ਰਾਈਫਲ ਸੀ ਗਾਜੇ ਵਾਲੀ ਉਹ ਕੰਜਰ ਦੇ ਦੋ ਤਿੰਨ ਪਿੰਡ ਉਠਾਲ ਕੇ ਨਾ ਮੂਹਰੋਂ ਫੈਰ ਕਰ ਦੇਣਾ ਆਪ ਲਾਂਬੇ ਹੋ ਜਾਣਾ ਪਿੰਡ ਉੱਠ ਕੇ ਖਨੌੜੇ 'ਚ ਆ ਵੜਨਾ ਅਤੇ ਮੁਸਲਮਾਨ ਸਿੱਖ ਤਾਂ ਆ ਵੜੇ
जिसलै चांस होया दो चार बारी बंदे बद घट होए तो राइफल उन्हें देखने जिदा कहते भी नवा चांद चढ़िया इदा राइफल दुनिया देखती थी पर देखियो जी नहीं सी हूँ कितने तुरे तुरे जाते कंजर देने है तो दे कर देना बुढ़िया कोठिया के उत्ते डिग पैनी देख देखनी राइफल ए नहीं मैं वह गली जाता वा हूँ है तो कन कन जा के तहन करनी बुढ़िया डिग पैनी पिछे डर के अच्छा भाई ये काम खराब है बहुत अखीर ने जिला ये वाकया होया सी करूड़ी रहे एक महीना अच्छा चौधरी जरा राइफल लैन गया था ना उन्हें साढ़े हुंदियां से टैंक आ गया अच्छा जल मैं अपने तो छोटे नूं बाहर लैके आया वह कहना हाजत करनी है उन्होंने जल लैके आया तो टैंक आ गया अच्छा सानू की पता है टैंक वा पर ना देखे ना पता वो जद न पानी हो रड़ा ओद बिजी हूं गूंज ओरी पी उदर तुरे जाओ साफ खुबे बिना सानू की पता टैंक वा असी ना उसे बंदा दसे ना परिंदा कुछ भी नहीं वो कला ही तुरै जाए सानू की पता चलाने वाला कितने बैठा है तो कड़ा ए गया तो कड़ा है ना उसे कोई दस टैंक तो पहली बार वेखिया पहली बार पता ही नहीं टैंक होंगी कि जब हूँ टैंक आ गया तो टैंक जिसलै पता बाहर निकलता ना पिंड दे विचों तो कहन लगा चौधरी हुण ऐ दूरबीन लग दे कि कनौड़े ते कहिंदा अग लगी हुई अच्छा हुण अपने अख तो उठा के तो उहदी अखां नूं कर लिया पहले देख लै तुम्हें जिसलै अपनी चौधरी ने देखिया हुण कहे है तो वैसे ठीक अग लगी देखदी लाती सी कुप्पा नूं अग तूड़ी नूं जद कुदरत सुखदा जी टैंक लगा पिछे नुन तो मैं हूँ इतने करना चाहते जी वो वाकया तो हो गया पिंड का सगा रौल ना उन्होंने रौल से जिदा कहते कौमों के ना रखे होंगे वो पिछे नुन लगा जान लगा उनके जाना नहीं आ गया हाँ जान नहीं देंगे तेन वो खैर जो डक लिया हूँ सुबह शाम दो टाइम फोन करते रहना खबर दादा खबर करते होंगे अठ क बजे ਸਵੇਰ ਨੂੰ ਵੀ ਅੱਠ ਕੁ ਵਜੇ ਰਾਤ ਨੂੰ ਵੀ ਅੱਠ ਕੁ ਵਜੇ ਖਬਰਾਂ ਕਾਹਦੇ ਤੇ ਰੇਡੀਓ ਤੇ ਕਾਹਦੇ ਤੇ ਨਾ ਉਹ ਤੋਪ ਦੇ ਉੱਤੇ ਬਹਿ ਕੇ ਅੱਛਾ ਆਹੋ ਉਹ ਤੋਪ ਦੇ ਉੱਤੇ ਬਹਿ ਖਬਰਾਂ ਕਰਦੇ ਤੋਪ ਦੇ ਉੱਤੇ ਬਹਿ ਜਾਣਾ ਦੋ ਟਾਈਮ ਉਹਨਾਂ ਨੂੰ ਖਬਰਾਂ ਦੀਆਂ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਅੱਛਾ ਅਸੀਂ ਕੋਲ ਬੈਠੇ ਸੁਣਦੇ ਵੀ ਰਹਿਣਾ ਸਾਨੂੰ ਹੁਣ ਹਲੋ ਹਲੋ ਦਾ ਕੀ ਪਤਾ ਨਪੜਾ ਬੰਦਿਆਂ ਨੂੰ ਮੰਨਾ ਬੱਚਿਆ ਹਲਕੇ ਸੀ ਅਸੀਂ ਕੁਦਰਤ ਸੁਖਦਾ ਸੀ ਇੱਕ ਦਿਨ ਵਾਕਿਆ ਇਹ ਹੋਣ ਲੱਗਾ ਅਤੇ ਉਹਨਾਂ ਨੇ ਨਾ ਕੋਸ਼ਿਸ਼ ਕੀਤੀ ਵੀ ਟੈਂਕ ਨੂੰ ਉੜਾਓ ਬੰਬ ਲੈ ਖੇਡਾ ਅੱਛਾ ਦੁਸ਼ਮਣ ਆ ਵੜਿਆ ਉਸ ਦਿਨ ਉਹ ਚਲਾਉਣ ਲੱਗਾ ਬੰਦਾ ਨੂੰ ਪਤਾ ਉਹ ਫੌਜੀ ਨੂੰ ਪਤਾ ਲੱਗ ਗਿਆ ਉਸ ਉੱਥੇ ਉਹਨਾਂ ਨੇ ਫੜ ਕੇ ਤੋ ਉਹਦਾ ਰਕਮ ਦਿੱਤਾ ਘਰ ਅੱਛਾ ਇਹ ਉਹਨਾਂ ਨੇ ਵਾਕਿਆ ਬਣਾ ਵੇ ਹੁਣ ਇਹ ਕਾਫ ਲੈਂਦੀ ਹੈ ਹੁਣ ਮੱਕੀਆਂ ਤਕੜੀਆਂ ਕਮਾਦ ਚੰਗੇ ਬੰਦੇ ਦਾ ਕੀ ਪਤਾ ਲੱਗੇ ਉਹ ਇਕੱਠੇ ਹੋ ਕੇ ਆਏ ਇੱਕ ਵਾਰੀ ਪਏ ਤਾਂ ਜਦ ਨੂੰ ਟੈਂਕ ਵਾਲੇ ਨੇ ਜਰਾ ਪਛੇਤਾ ਪਤਾ ਦਿੱਤਾ ਟੈਂਕ ਵਾਲਾ ਆਇਆ ਤਾਂ ਉਹ ਕਹਿੰਦਾ ਬਈ ਗੱਲ ਹੈਗੀ ਇਹ ਮੈਂ ਕੀ ਕਰਨੇ ਨੂੰ ਬੈਠਾ ਤੁਹਾਡੀ ਖਾਤਰ ਹੀ ਬੈਠਾ ਨਾ ਪਰ ਤੁਸੀਂ ਮੈਨੂੰ ਪਤਾ ਦੇ ਬਹੁਤ ਬੰਦੇ ਕਹਿੰਦੇ ਤਾਂ ਹੋ ਗਈ ਗਲਤੀ ਫਿਰ ਕੋਈ ਦਿਹਾੜੇ ਲੰਘੇ ਬਾਵਾ ਤਾਂ ਫਿਰ ਉਹਨਾਂ ਨੇ ਚਾਂਸ ਇਹ ਫੇਰ ਕੀਤਾ ਹੁਣ ਫਿਰ ਉਹਨੂੰ ਟਾਈਮ ਨਾਲ ਕੋਈ ਪਤਾ ਲੱਗ ਗਿਆ ਉਹ ਦੇਖ ਕੇ ਤਾਂ ਜਵਾਰਾਂ ਚੱਲ ਕੋਈ ਲੰਮਾ ਪੈ ਗਿਆ ਕੋਈ ਨਿਕਲ ਗਿਆ ਕੋਈ ਨੱਠ ਗਿਆ ਜਿਵੇਂ ਉਹਨਾਂ 'ਤੇ ਨਿਕਲ ਗਿਆ ਅਖੀਰ ਉਹ ਕਹਿਣ ਲੱਗਾ ਵੀ ਗੱਲ ਸੁਣ ਲਓ ਚੌਧਰੀ ਸਾਨੂੰ ਅੱਗੇ ਵੀ ਕਿਹਾ ਤਾਂ ਹੁਣ ਵੀ ਕਹਿੰਦਾ ਦੁਸ਼ਮਣ ਵਾਲੇ ਮੈਂ ਬੈਠਾ ਦੁਸ਼ਮਣ ਆਵੇ ਮੈਨੂੰ ਉਸ ਵੇਲੇ ਫੋਨ ਪਤਾ ਕਰ ਦਿਓ ਮੈਂ ਜਾਣਾ ਜਾਂ ਉਹ ਜਾਣਾ ਜੇ ਮੈਂ ਗੋਲਾ ਛੱਡ ਬੈਠਾ 12 ਮਹੀਨੇ ਤਾਂ ਰਹਿਣਾ ਕੱਖ ਨਹੀਂ ਹੁਣ ਆਹ ਗੱਲ ਕਹਿ ਅੱਛਾ ਅੱਛਾ ਅਸੀਂ ਉੱਥੋਂ ਉੱਠੇ ਜਿਹੜਾ ਉਹ ਸਾਡੇ ਨਾਲ ਤੁਰਿਆ ਨਾ ਉਹਨਾਂ ਤੋਂ ਉਸ ਹੁੰਦਾ ਸੀ ਇਕੱਲਾ ਜਿਹਨਾਂ ਤੁਰੇ ਸਾਡੇ ਨਾਲ ਪੰਜ ਤੇ ਅੱਛਾ ਜਿਹੜਾ ਪੰਜ ਟੈਂਕ ਸੀ ਦੋ ਐਡ ਸੇ ਤੁਰੇ ਜਾਂਦੇ ਦੋ ਐਡ ਸਾਈਡ 'ਤੇ ਤੁਰੇ ਜਾਂਦੇ ਇੱਕ ਪਿਛਲੀ ਸਾਈਡ ਜਿੰਨਾ ਕੁ ਬੰਦੇ ਤੁਰਦੇ ਉਸਦੇ ਨਾਲ ਉਹ ਤੁਰੀ ਜਾਂਦੇ ਆ ਅੱਛਾ ਕਰਦੇ ਕਰਦੇ ਪਡੋਰੀਆਂ ਚੜ੍ਹ ਕੇ ਚੂੜੀ ਵਾਲੀ ਆ ਗਏ ਅੱਛਾ ਜਿਹੜਾ ਉੱਥੇ ਆਏ ਕੋਈ ਦਿਹਾੜੇ 15-20 ਕੱਟੇ ਤਾਂ ਬਿਮਾਰੀ ਪੈ ਗਈ ਪਲੇਗ ਦੀ ਅੱਛਾ ਵੀ ਉੱਥੇ ਵੀ ਜਿਹੜੀ ਦੁਨੀਆ ਮਰੀ ਨਾ ਕੋਈ ਹਿਸਾਬ ਹੀ ਨਹੀਂ ਰਿਹਾ ਕਈ ਪਤੇ ਵਾਲੇ ਚਾਰ ਚਪੇਰੇ ਦੀ ਕਬਰ ਹੀ ਕਬਰ ਹੋ ਗਏ
ਟੋਆ ਕੱਢੀ ਜਾਣ ਵੇ ਸੱਟੀ ਜਾਣ ਨਾ ਕੋਈ ਨਲਾਵੇ ਨਾ ਚਲਾਵੇ ਨਲਾਵੇ ਤਾਂ ਪੀਣ ਨੂੰ ਤਾਂ ਪਾਣੀ ਨਾ ਲੱਭੇ ਨਲਾਵੇ ਉੱਤੇ ਕੀ ਕੋਈ ਟੱਲਾ ਕੋਈ ਨਾ ਖੇਸਮਾਂ ਦੇ ਆ ਖੇਸੀਆਂ ਚਾਦਰਾਂ ਦੇ ਤੰਬੂ ਲਾਏ ਇਹ ਉਹ ਹਰ ਕੇ ਸਾਨੂੰ ਆਪਣਾ ਸਿਰ ਢੱਕਿਆ ਸਾ ਮਾੜਾ ਮੋਟਾ ਟੋਆ ਕੱਢੇ ਵੇ ਸੱਟੀ ਜਾਣ ਮਿੱਟੀ ਪਾਈ ਜਾਣ ਟੋਆ ਕੱਢੀ ਜਾਣ ਵੇ ਸੱਟੀ ਜਾਣ ਮਿੱਟੀ ਪਾਈ ਜਾਣ ਅਖੀਰ ਹੁਣ ਜਿਹਨਾਂ ਕੋਲ ਗੱਡੇ ਸੀ ਉਹਨਾਂ ਨੂੰ ਆਪਣੇ ਗੱਡਿਆਂ ਨੂੰ ਹੁਣ ਢੱਗੇ ਹੀ ਜੋੜਨੇ ਸੀ ਉੱਥੇ ਜਿਹੜੇ ਇੰਜਨ ਸੀ ਕਮਾਦ ਹੁਣ ਉਹ ਤੇਰਾ ਖੜਾ ਉਹ ਵੱਢ ਲਿਆ ਜਾ ਕੇ ਅਗਲੇ ਨੂੰ ਪਤਾ ਲੱਗ ਗਿਆ ਵੀ ਇਹ ਕਮਾਦ ਰਾਤ ਵੱਢਦੇ ਆ ਜਾਂ ਦਿਨ ਵੱਢਦੇ ਆ ਉਹ ਲੋਕ ਕੇ ਬੈਠੇ ਰਹਿੰਦੇ ਉੱਥੇ ਵੱਢਦੇ ਉੱਥੇ ਅਖੀਰ ਸਾਡੇ ਨਾਲ ਹੁੰਦੀ ਸੀ ਇੱਕ ਅੱਠ ਦਿਨ ਤਾਂ ਡੋਗਰਿਆਂ ਦੀ ਮਿਲਟਰੀ ਫੌਜ ਅੱਠ ਦਿਨ ਮੁਸਲਮਾਨਾਂ ਦੀ ਰਹਿੰਦੀ ਸੀ ਇਹ ਚੂੜ ਵਾਲੀ ਤੁਸੀਂ ਕਿੰਨੇ ਦਿਨ ਰਹੇ ਉੱਥੇ ਅੰਦਾਜ਼ਾ 20 ਦਿਨ ਰਹੇ ਖਾਣ ਪੀਣ ਨੂੰ ਸਾਡਾ ਬਾਪ ਦਾ ਬਾਹਰ ਨਿਕਲ ਜਾਂਦਾ ਸਾ ਉਦਾਂ ਸਟਾਂਕ ਜੀ ਭਰਦੇ ਡੀਪੂ ਤੋਂ ਆਟਾ ਲੱਭਦਾ ਡੀਪੂ ਤੋਂ ਸਟਾਂਕ ਕਿੰਨੀ ਦੇਰ ਬਾਅਦ ਅੱਠੇ ਪੈਰੇ ਸਟਾਂਕ ਇੱਕ ਬੰਦੇ ਵਾਸਤੇ ਦੁਨੀਆਂ ਜੂ ਆਵਾ ਕੌਣ ਸੀ ਅਖੀਰ ਕੀ ਕਰਦਾ ਸੀ ਤੁਹਾਡਾ ਬਾਪ ਸਾਡੇ ਬਾਪ ਨੇ ਬਾਹਰ ਨਿਕਲ ਜਾਣਾ ਕੈਂਪ ਤੋਂ ਕਿਸੇ ਹਿੰਦੂ ਨਾਲ ਮੁਲਾਕਾਤ ਕਰਨੀ ਉਹਨਾਂ ਗੱਲ ਕਰਨੀ ਵੀ ਯਾਰ ਆਟਾ ਚਾਹੀਦਾ ਥੋੜ੍ਹਾ ਜਿਹਾ ਕਿੰਨਾ ਕੁ ਇੰਨਾ ਕੁ ਚਾਹੀਦਾ ਸਾ ਉਹ ਰੁਪਈਆ ਜ਼ੋਰ ਸੇ ਲਿਆਉਂਦਾ ਅੱਛਾ ਸੁੱਕਾ ਆਟਾ ਉਹ ਪਿੰਡ ਚਲਾ ਜਾਂਦਾ ਸੀ ਬਾਹਰ ਉਹ ਬਾਹਰ ਪਿੰਡ 'ਚ ਨਹੀਂ ਜਾਣਾ ਬਾਹਰ ਬਾਹਰ ਹੀ ਗੱਲ ਕਰਨੀ ਪਿੰਡ ਜਿਹੜੇ ਪਤਾ ਫਿਰ ਮੁਸਲਮਾਨ ਵੱਡੋ ਇਹਨੂੰ ਉਹ ਝਟਕਾ ਕਰਦੇ ਸੀ ਅੱਛਾ ਜਿਹੜਾ ਇਹ ਵਾਕਿਆ ਹੋਇਆ ਨਾਲ ਗਰੀਬੀ ਅਮੀਰੀ ਦਾ ਫਰਕ ਬਹੁਤ ਹੁੰਦਾ ਜਿਹਦੇ ਕੋਲ ਚਾਰ ਆਨੇ ਉਹਨੂੰ ਤਾਂ ਫਿਕਰ ਨਹੀਂ ਜਿੰਨੇ ਲੱਭਾ ਲੈ ਲਿਆ ਜਿਹਦੇ ਕੋਲ ਹੈ ਨਹੀਂ ਮਜ਼ਬੂਰੀ ਹੈਗੀ ਉਹਦੇ ਵਾਸਤੇ ਉੱਥੇ ਜਿਹੜਾ ਵਾਕਿਆ ਜਿਹੜਾ ਹੋਇਆ ਸਾਡਾ ਬਾਬਾ ਉੱਥੇ ਹੀ ਫੌਤ ਹੁੰਦਾ ਤੁਹਾਡਾ ਬਾਪ ਬਾਬਾ ਤੁਹਾਡਾ ਦਾਦਾ ਹਾਂ ਦਾਦਾ ਸਾਡਾ ਉੱਥੇ ਫੌਤ ਹੁੰਦਾ ਹੁਣ ਪਹਿਲਾਂ ਹੀ ਦਾਦਾ ਲੈ ਗਈ ਜਲਾ ਟੱਟੀਆਂ ਤਾਂ ਮੈਨੂੰ ਗਈਆਂ ਲੱਗ ਜਾ ਸਵੇਰ ਨੂੰ ਉਸ ਪਾਰ ਜਾਂ ਉਸ ਪਾਰ ਅੱਛਾ ਉਸ ਬਾਰੇ ਉਹ ਰਾਤ ਹੀ ਬਿਮਾਰੀ ਲੱਗਦੀ ਸਾਰੇ ਕੋਈ ਬਿਮਾਰੀ ਉਹ ਸਾਰੇ ਪਲੇਗ ਦੀ ਬਿਮਾਰੀ ਉਹ ਅੱਛਾ ਪਰ ਚਾਰ ਪੈਰ ਨਹੀਂ ਜੀ ਬੰਦਾ ਕੱਢਦਾ ਅੱਛਾ ਕੁਦਰਤ ਤੋਂ ਕਸਾ ਜਿੰਨਾ ਉੱਥੇ ਇਹ ਵਾਕਿਆ ਹੋਇਆ ਸਾਡਾ ਬਾਪ ਕਹਿੰਦਾ ਮੈਂ ਤਾਂ ਆਪਣੇ ਬਾਪ ਦੇ ਸੁੱਧ ਪੂਰੇ ਕਰਕੇ ਜਾਣਾ ਅੱਛਾ ਉਹਨੂੰ ਫਿਰ ਕਬਰ ਕਢਾਈ ਲਹਿਜ ਕਢਾਈ ਕਿਸੇ ਫੱਟੇ ਲਿਆਇਆ ਆ ਤੱਕ ਦੇ ਜਿਹੜੇ ਹੁੰਦੇ ਆ ਦਰਵਾਜ਼ਿਆਂ ਨੂੰ ਲਾਈ ਦੇ ਇਹ ਲਹਿਜ ਬੰਦ ਕਰਨੇ ਨੂੰ ਇਹ ਲਿਆਇਆ ਕਿਸੇ ਟੋਲ ਟਾਲ ਕੇ ਉੱਥੇ ਸੁੱਧ ਪੂਰੇ ਜੀ ਆਪਣੀ ਕਬਰ ਜਿੱਦਾਂ ਦਫਨਾਈਦਾ ਨਾ ਇੱਦਾਂ ਦਫਨਾਇਆ ਉੱਥੇ ਜਾਣ ਸਾਨੂੰ ਆਜ਼ਾਦ ਸੋਵੇ ਤਾਂ ਕਾਫਲਾ ਉੱਠੇ ਚੱਲ ਚੱਲੇ ਸਾਡੇ ਮੋਹਰੇ ਮੋਹਰੇ ਨਾ ਤਾਂ ਮਾਰਨ ਵਾਲੇ ਟੋਭੇ 'ਚ ਜ਼ਹਿਰ ਸੁੱਟਣ ਹਟਣ ਨਾ ਖੂਹ 'ਚ ਉਸ ਗੱਲ ਕੀਤੀ ਪਾਣੀ ਨਹੀਂ ਇਹਨਾਂ ਨੂੰ ਪੀਣ ਦੇਣਾ ਹਿੰਦੂ ਕਹਿਣੇ ਇਹਨਾਂ ਨੂੰ ਪਾਣੀ ਵੀ ਨਹੀਂ ਪੀਣ ਦੇਣਾ ਅੱਛਾ ਮੋਹਰੇ ਦੇ ਮੋਹਰੇ ਜ਼ਹਿਰ ਸੱਟੀ ਜਾਣ ਪਸ਼ੂਆਂ ਦੇ ਖੁਰਾਂ ਦੇ ਵਿੱਚ ਉਹ ਪਾਣੀ ਚੱਕ ਕੇ ਆਇਆ ਬੁੱਕਾਂ ਨਾਲ ਤਾਂ ਕੌਲੀਆਂ 'ਚ ਪਾਇਆ ਤਾਂ ਦੋ ਦੋ ਘੁੱਟ ਭਰਿਆ ਰੜੀਆਂ ਸੁੰਡੀਆਂ ਵਿੱਚ ਲਾਲ ਮਰਦਿਆਂ ਨਾ ਹਲਕੇ ਉਹ ਦੁਨੀਆ ਖੁਰਾਂ 'ਚ ਬੋਲ ਇੱਦਾਂ ਚੂੜੀ ਇੱਦਾਂ ਖੁਰ 'ਚ ਪੱਕੜ ਪਾਉਣ ਕੋਲੀ ਭਰ ਕੇ ਲਿਆਉਣ ਔਖੇ ਸੌਖੇ ਉਹ ਸਾਹਮਣੇ ਤਾਂ ਮੂੰਹ ਨੂੰ ਲਾਈਏ ਤਾਂ ਸਾਹਮਣੇ ਆਰੜੀਆਂ ਤਾਂ ਘੁੰਮਦੀਆਂ ਫਿਰ ਨਾਲ ਚਾਹ ਜੋਕਾਂ ਅਖੀਰ ਦੇ ਮਰਦਿਆਂ ਨੇ ਕਿਸੇ ਨੇ ਘੁੱਟ ਭਰਿਆ ਕਿਸੇ ਨੇ ਦੋ ਘੁੱਟ ਭਰ ਲਏ ਅਖੀਰ ਇੱਕ ਕੌਲੀ ਜੀ ਕਈਆਂ ਦੇ ਮੂੰਹ ਲਾਉਣੀ ਜਿੰਨੇ ਜੀ ਉਹਨਾਂ ਸਾਰਿਆਂ ਨੂੰ ਘੁੱਟ ਘੁੱਟ ਬੁਲਾਉਣਾ ਮਰਦਿਆਂ ਨੂੰ ਅਖੀਰ ਕਰਦੇ ਕਰਦੇ ਅਸੀਂ ਕੜੇ ਚੱਲ ਗਏ ਸ਼ਹਿਰ ਹੋ ਗਏ ਉਹ ਬੜਾ ਉੱਥੇ ਜਿਹੜਾ ਅਸੀਂ ਚਲ ਗਏ ਉੱਥੇ ਕੋਈ ਦਿਹਾੜੇ ਰਹੇ ਤਾਂ ਗੱਡੀ ਲੈਣ ਅੱਗੇ ਉੱਥੇ ਜਾਂਦੀ ਸ਼ਹਿਰ ਦੇ ਵਿੱਚ ਗੱਡੀ ਆ ਗਈ ਜਾਂ ਗੱਡੀ ਖੜੀ ਹੋਈ ਦੁਨੀਆਂ 'ਤੇ ਅਲੀ ਅਲੀ ਕਰਦੀ ਜਿੱਦਾਂ ਵਾਸਤੇ ਦੁਨੀਆਂ 'ਚ ਨੱਠ ਨੱਠ ਕੇ ਚੜ੍ਹਦੀ ਹੁੰਦੀ ਉੱਦਾਂ ਨੱਠ ਨੱਠ ਕੇ ਚੜ੍ਹ ਕੇ ਵਰਗਾ ਜੀ ਗੱਡੀ ਦੇ ਸ਼ੀਸ਼ੇ ਵੀ ਲੋਕਾਂ ਨੂੰ ਪਾਉਣ ਦਿੱਤੇ ਅੱਛਾ ਟ੍ਰੇਨ ਸੀ ਟ੍ਰੇਨ ਜਿਹਨੂੰ ਕਹਿੰਦੇ ਆ ਰੇਲ ਹਾਂ ਹੁਣ ਸੀਗੀ ਬਹੁਤ ਲੰਮੀ ਚੜ੍ਹ ਗਈ ਦੁਨੀਆ ਉੱਤੋਂ ਵੀ ਭਰ ਦਿੱਤੀ ਵਿੱਚੋਂ ਵੀ ਭਰ ਗਈ ਸਾਰੀ ਉਹ ਜਿਹੜਾ ਅੰਗਰੇਜ਼ਾਂ ਦਾ ਬਣਿਆ ਟੁੱਠਲ ਜਿਹਾ ਅਸੀਂ ਤਾਂ ਹੁਣ ਟੁੱਠਲ ਹੀ ਕਹਿੰਦੇ ਹਾਂ ਇੰਜਣ ਉਹਦੇ ਖਿੱਚੀ ਨਹੀਂ ਗਈ ਜਿੰਨਾ ਉਹਦੇ ਖਿੱਚੀ ਨਹੀਂ ਉਹਨਾਂ ਚਾਰ ਡੱਬੇ ਲਾ ਉੱਥੇ ਹੁਣ ਜਿਹੜੇ ਤਪੈ ਆ ਤੁਰ ਉਹ ਤਾਂ ਹੈਗੇ ਹੱਸਦੇ ਜਿਹੜੇ ਖੜੇ ਆ ਉਹ ਕਹਿੰਦੇ ਸਰ ਫੌਜ ਤਾਂ ਤੁਰ ਗਈ ਉਹਨਾਂ ਨਾਲ ਸਾਰੀ
ਤਾਂ ਅਸੀਂ ਸਾਡਾ ਇੱਥੇ ਵਾਪਸ ਕੌਣ ਆ? ਫੌਜ ਸਾਡੇ ਨਾਲ ਤਿੰਨ ਛਕੜੇ, ਇੱਕ ਛਕੜਾ ਮੋਹਰੇ, ਇੱਕ ਪਿੱਛੇ ਅਤੇ ਇੱਕ ਵਿਚਾਲੇ। ਅਖੀਰ ਜਾਂ ਗੱਡੀ ਜਿਹੜਾ ਤੁਰੀ ਗਈ ਤੁਰੀ ਗਈ, ਉਹ ਸਿੱਖ ਨੇ ਕੰਜਰ ਦੇ ਨਾਲ ਕੋਈ ਕਿਸੇ ਨਾਲ ਉਹਨਾਂ ਨਾਲ ਸਿੱਖਾਂ ਨਾਲ ਵਾਅਦਾ ਕੀਤਾ, ਅਸਾਂ ਫਲਾਣੇ ਸਟੇਸ਼ਨ 'ਤੇ ਮੁਸਲਿਆਂ ਦੀ ਗੱਡੀ ਆ ਗਈ ਤਾਂ ਆਪਣੇ ਜੁੜ ਕੇ ਖੜ੍ਹੇ। ਜਿੱਦਾਂ ਉੱਥੇ ਆ ਕੇ ਗੱਡੀ ਖੜ੍ਹੀ ਹੋਈ ਨਾ, ਸਿੱਖ ਨੇ ਸਭ ਨੇ ਤਲਵਾਰ ਕੱਢੀ ਤਾਂ ਸਾਰਾ ਇਹ ਸਟੇਸ਼ਨ ਭਰਿਆ ਚਮਕੇ ਵੱਢ ਵੱਢ ਕੇ। ਨਾ ਹਜੇ ਖੜ੍ਹੇ, ਉਹ ਤਿਆਰ ਵਾ। ਅੱਛਾ ਅੱਛਾ, ਵੱਢਣੇ ਵਾਸਤੇ। ਅਤੇ ਗੱਡੀ ਸਾਰੀ ਬੋਲ ਉੱਠੀ ਲੱਗੀ ਖੂਨ ਦੀ ਨਹਿਰ ਚੱਲਣ। ਉਹ ਜਿਹੜੇ ਫੌਜੀ ਸੀ ਨਾਲ ਦੇ ਸਾਡੇ, ਉਹਨਾਂ ਨੇ ਦਵਾ ਸਾਡਾ ਛੜਕਦੇ ਛੜਕੜਿਆਂ ਦੇ ਵਿੱਚੋਂ ਨਾ ਛਾਲਾਂ ਮਾਰ ਦਿੱਤੀਆਂ, ਪੁੰਜੇ ਪੁੰਜੇ ਮਾਰ ਕੇ ਦਰੌਲ ਦੌਲ ਨੱਠੇ ਫਿਰਦੇ ਜਿੱਦਾਂ। ਫਿਰ ਅਸਲਾ ਕੋਲ ਉਹਨਾਂ ਦੇ ਮੌਜੂਦ, ਅਖੀਰ ਉਹ ਮਾਲਕ ਦੇ ਕਹਿਣ ਲੱਗੇ ਵੀ ਜਿੰਨਾ ਚਿਰ ਅਸੀਂ ਹੈਗੇ ਹਾਂ ਨਾ, ਸਾਡੇ ਸਾਹ ਤਾਂ ਨੇੜੇ ਨਹੀਂ ਆਉਣ ਦਿੰਦੇ, ਜਿੱਦਾਂ ਅਸੀਂ ਮੋਗੇ ਤਾਂ ਫਿਰ ਜੋ ਮਰਜ਼ੀ ਹੁੰਦਾ ਰਹੇ। ਅਤੇ ਜਿਹੜਾ ਸਰ ਚਲਾਉਣ ਵਾਲਾ ਉਸਦਾ ਜਿਹੜਾ ਕੈਂਪ ਦਾ ਸੂਬੇਦਾਰ ਸਾ, ਉਹ ਉਹਦੇ ਦੁਆਲੇ ਹੋ ਗਿਆ ਅਤੇ ਕਿਹਦੇ ਆਰਡਰ ਨੇ ਇੱਥੇ ਖੜ੍ਹੀ ਕੀਤੀ? ਅੱਛਾ, ਤੂੰ ਕਿਹੜੀ ਵਜ੍ਹਾ ਤੂੰ ਇੱਥੇ ਖੜ੍ਹੀ ਕਿਉਂ ਕੀਤੀ? ਤੇਰੀ ਗੱਲਬਾਤ ਅੱਗੇ ਸੀਗੀ ਦੁਸ਼ਮਣਾਂ ਸੀ, ਜਿਹੜੇ ਪਿੱਛੇ ਤਿੰਨ ਰਹਿ ਗਏ ਸੀ ਉਹਨਾਂ 'ਚ ਸੀ ਕਿ ਇਸ ਟ੍ਰੇਨ 'ਚ ਸੀ? ਇਸ ਪਹਿਲੀ ਟ੍ਰੇਨ, ਪਹਿਲੀ ਟ੍ਰੇਨ ਸੀ। ਅੱਛਾ, ਪਹਿਲੀ 'ਚ। ਉਹ ਜਦ ਨੂੰ ਇਹ ਵਾਕਿਆ ਜਿਹੜਾ ਹੋਇਆ ਉੱਥੇ ਸਾਨੂੰ ਆ ਵੱਡੀ ਅੱਗ ਬੱਕਰੇ ਵਾਲੀ ਉੱਥੇ ਆਉਂਦੀ ਹੈ ਇਸ ਟਾਈਮ 'ਤੇ। ਅੱਛਾ, ਸਾਡਾ ਬਾਪ ਕਹਿਣ ਲੱਗਾ ਸਹੀ ਸਲਾਮਤ ਲਾਹੌਰ ਚੱਲ ਜਾਵਾਂ, ਮੈਂ ਜਾਂਦਾ ਕੁਰਬਾਨੀ ਦਊਂ। ਅੱਛਾ, ਖੈਰ ਸਾਨੂੰ ਲਾਹੌਰ ਵਾੜੇ ਕਿਸੇ ਨੇ ਆ, ਜਿਹਨੂੰ ਕਹਿੰਦੇ ਆ ਮਿੰਟ ਸਾਹਿਬਾਲ, ਇਹਦਾ ਨਾਂ ਸਾ ਉਹਲਾ ਮਿੰਟ ਕੁਮਰੀ ਕਹਿੰਦੇ ਹੁੰਦੇ ਸੀ। ਮਿੰਟ ਕੁਮਰੀ, ਹਾਂ, ਪਹਿਲਾਂ ਇਹ ਨਾਂ ਸਾ ਇੱਥੇ ਲੈ ਆਉਂਦਾ। ਇੱਥੋਂ ਵੀ ਅਸੀਂ ਪਿੱਛੇ ਨੂੰ ਫਿਰ ਮੁੜਦੇ ਚਿਸ਼ਤੀਆਂ ਨੂੰ। ਅੱਛਾ, ਵੀ ਚਿਸ਼ਤੀਆਂ ਜਾ ਕੇ ਉੱਥੋਂ ਦਿਹਾੜੀ ਉੱਥੋਂ ਲਾਈ ਤਾਂ ਉੱਥੋਂ ਜਾ ਕੇ ਉਸ ਸ਼ਹਿਰ ਚਿਸ਼ਤੀਆਂ ਸਾਰਾ ਵਿਹਲਾ ਕੋਈ ਨਹੀਂ ਸੀ ਉੱਥੇ, ਸਾਦੇ ਜਿਹੇ ਮਕਾਨ ਤਾਂ ਦੋ ਬੰਦੇ ਉੱਥੇ ਵਪਾਰੀ ਚੌਵੀ ਦੇ ਕੋਲ ਉੱਠ ਗਏ ਤਾਂ ਬਾਹਣੇ ਉੱਤੇ ਵਜ਼ਨ ਰੱਖ ਕੇ ਲਗਾਏ। ਜਿੱਦਾਂ ਬਾਹਣੇ ਉੱਤੇ ਵਜ਼ਨ, ਉਹਨਾਂ ਨੂੰ ਅਕਲ ਦਾ ਜ਼ੋਰ ਇੰਨਾ ਕਿ ਸਭ ਖੋਤੇ ਜਿੱਦਾਂ ਬਾਹਣਾ ਰੱਖ ਲੈਂਦੇ, ਬਾਹਣਿਆਂ 'ਚ ਕੋਈ ਦੋ ਦੋ ਮਾਣ ਵਜ਼ਨ ਰੱਖਿਆ, ਰੱਖ ਕੇ ਤਾਂ ਉੱਥੇ ਮੰਡੀ ਲੈ ਗਏ। ਜਦ ਬੰਦੇ ਸਾਡੇ ਕਹਿਣ ਲੱਗੇ ਵੀ ਤੁਸੀਂ ਕਿੱਥੇ ਜਾਣਾ, ਕਿ ਅਸੀਂ ਜਾਣਾ ਚੌਵੀ 'ਚ। ਅੱਛਾ, ਚੌਵੀ ਜਿੱਦਾਂ ਜਾਣਾ, ਉਹਨੇ ਕਿਹਾ ਵੀ ਇੱਦਾਂ ਕਰੋ, ਸਾਡੇ ਹੈਗੇ ਬੱਚੇ ਨਾਲ, ਤਾਂ ਨਾਲ ਸਾਡੇ ਆ ਬਿਸਤਰ ਆ ਕੋਲ, ਇਹ ਤੁਸੀਂ ਲੈ ਚਲੋ, ਜਿਹੜੇ ਪੈਸੇ ਮਕਾਓ ਉਹ ਲੈ ਲਓ। ਉਹ ਵੀ ਮੰਨ ਗਏ, ਜਿਹੜੇ ਤੁਰਨੇ ਆ ਸੋ ਤੁਰੀ ਜਾਂਦੇ ਆ, ਉਹ ਬਾਕੀ ਸਮਾਨ ਜਿਹੜਾ ਸਾ ਕੁਝ ਬਿਸਤਰ ਆ ਕੋਈ ਨਿਆਣੇ, ਉਹ ਬਾਹਣਿਆਂ ਦੇ ਵਿੱਚ ਬਿਠਾ ਦਿੱਤੇ। ਉਹ ਜਿਹੜਾ ਲੈ ਕੇ ਤੁਰ ਪਏ, ਅਸੀਂ ਚੌਵੀ ਸਾਹਿਬ ਰਾਤ ਕੱਢੀ, ਉੱਥੇ ਮੇਰਾ ਸਹੁਰਾ ਰਹਿੰਦਾ ਸੀ, ਇਹ ਜੱਟਾਂ ਦਾ ਚੱਕਾ ਨਾ ਚੌਵੀ ਸਾਰਾ, ਚੌਵੀ ਮਰਾਦ, ਹਾਂ ਚੌਵੀ ਮਰਾਦ। ਅੱਛਾ, ਇੱਥੇ ਆ ਕੇ ਰਾਤ ਕੱਟੀ ਇੱਥੇ, ਤਾਂ ਫਿਰ ਜੀ ਅਸੀਂ ਇੱਥੇ ਸੱਤ ਚਾਹ ਕੇ ਲੈ ਗਏ। ਅੱਛਾ ਅੱਛਾ, ਆਹ ਬਸ ਮੁੱਕ ਗਏ। ਬੜਾ ਔਖਾ ਸਫ਼ਰ ਸੀ, ਬਹੁਤ ਸੌਖ, ਤਿੰਨਾਂ ਮਹੀਨਿਆਂ 'ਚ ਆਏ ਹਾਂ। ਅੱਛਾ, ਤਿੰਨ ਮਹੀਨਿਆਂ 'ਚ, ਤਿੰਨਾਂ ਮਹੀਨਿਆਂ 'ਚ ਇਹ ਸਫ਼ਰ ਮੁਕਾ ਕੇ ਆਏ। ਮਾਲ ਦਾ ਵੀ ਨਾਲ ਸੀ ਤੁਹਾਡੇ? ਹਾਂ, ਮਾਲ ਦਾ ਨਾਲ ਹੀ ਸੀ, ਮਾਲਦਾ ਵੀ, ਮਾਂ ਬਾਪ ਵੀ ਨਾਲ, ਸਾਰੇ ਜੀ ਸਾਰੇ ਹੀ ਸੀ ਇਕੱਠੇ। ਦਾਦਾ ਦਾਦਾ ਰਾਜ ਫੌਤ ਹੋ ਗਿਆ? ਦਾਦਾ ਰਾਜ ਫੌਤ ਹੋ, ਉਹਦਾ ਵੀ ਇੱਥੇ ਆ ਕੇ ਸਵਾ ਮਹੀਨਾ ਕੀਤਾ। ਉਹ ਉੱਥੇ ਹੀ ਰਹਿ ਗਏ ਸੀ? ਉਹ ਉੱਥੇ ਦੇ ਉੱਥੇ ਹੀ ਰਹਿ ਗਏ, ਬਨਾਰਸ ਸੀ ਜਿਹੜਾ ਸਭ ਕੁਛ ਹੈ ਨਾ, ਮੁਸਲਮਾਨ ਦੀਨ ਕਬੂਲ ਕਰਨਾ ਚਾਹੁੰਦਾ ਸਾ। ਕੌਣ? ਬਨਾਰਸੀ ਸਿੱਖ ਜਿਹੜਾ ਹਿੰਦੂ ਜਿਹੜਾ ਸਾ। ਅੱਛਾ, ਉਹ ਸਾਡੇ ਬਾਪ ਨੂੰ ਇੱਕ ਦਿਨ ਕਹਿਣ ਲੱਗਾ, ਇਹ ਤਾਂ ਮੈਂ ਛੱਡ ਗਿਆ ਨਾ ਵਿੱਚੇ ਹੀ ਗੱਲ, ਉਹ ਸਾਡੇ ਬਾਪ ਨੂੰ ਇਹ ਗੱਲ ਕਹਿਣ ਲੱਗਾ ਅਲੀ ਬਖਸ਼ਾ, ਉਹਨਾਂ ਦਿਨਾਂ 'ਚ ਰੁਪਈਏ ਮਾਣ ਜਵਾ ਮੱਕੀ ਵੇਚੀ, ਸੌ ਮਣ ਮੱਕੀ ਜਿਹੜਾ ਖਤਰੀ ਉਸਨੂੰ ਤਲਾਈ ਤੋਂ ਇੱਦਾਂ ਥਾਪੀਆਂ ਦੇਵੇ, ਕਹਿੰਦਾ ਤੁਸੀਂ ਕਿਸੇ ਜੱਟ ਨੇ 100 ਰੁਪਈਏ ਦੀ ਮੱਕੀ ਨਹੀਂ ਵੇਚੀ, ਆ ਤੂੰ ਲੈ ਲਿਆ ਇਨਾਮ ਸਾਰੇ। ਅੱਛਾ, ਰੁਪਈਏ ਮਣ ਜੂ ਦਿੱਤੀ, 100 ਮਣ ਲੈ ਦਿੱਤੀ, 100 ਮਣ ਮੱਕੀ ਤਾਂ 100 ਰੁਪਈਏ ਦੀ। ਅੱਛਾ,
ਉਹਦੇ ਨਾਲ ਥਾਪੀਆਂ ਦੇਵੇ ਪੈਸਾ ਧੇਲਾ ਜਿਹੜੇ ਸਹਾਰਾ ਨੇ ਸਾਡੇ ਤੇ ਉਹਦੇ ਕੋਲ ਹੀ ਹੁੰਦੇ ਸੀ ਉਹਦਾ ਭਾਰ ਵੀ ਢੋਂਦਾ ਤਾ ਅੱਛਾ ਫੁਗਾੜੇ ਲੈ ਜਾਂਦਾ ਹੁੰਦਾ ਤਾ ਅੱਛਾ ਜਿਹੜਾ ਭਾਰ ਵੀ ਢੋਂਦਾ ਤਾ ਹੁਣ ਜਾਂਦੇ ਨੂੰ ਉਹਦੇ ਟੱਗਿਆਂ ਦਾ ਸਮਾਨ ਆਟੇ ਦਾ ਦਾਣੇ ਦਾ ਸਭ ਕੁਛ ਕਰ ਦੇਣਾ ਪਹਿਲਾਂ ਜਾ ਕੇ ਕਰ ਦੇਣਾ ਝੜੀ ਲੱਗੀ ਉਹਨੂੰ ਪਸ਼ੂ ਨੂੰ ਲੁਕਾਉਣ ਵਾਸਤੇ ਸਭ ਕੁਛ ਕੀਤਾ ਹੁਣ ਇਹਨੂੰ ਦੇ ਦੇਣੇ ਪੈਸੇ ਵੀ ਜਿੱਥੇ ਤਿਆਰ ਉਹ ਕਰਦਾ ਰੋਟੀ ਖਾ ਲਾ ਮੁਸਲਮਾਨਾਂ ਦੇ ਹੋਟਲ 'ਤੇ ਅੱਛਾ ਅੱਛਾ ਨੂੰ ਚਾਰ ਆਨੇ ਜਿਹੜੇ ਹੁੰਦੇ ਸੀ ਇਹਨੂੰ ਫਿਰ ਦੇਤੇ ਹੁਣ ਦੇ ਕੇ ਤਾਂ ਕਹਿਣ ਲੱਗਾ ਲੈ ਵੀ ਅੱਲਾ ਵਾਰਸ ਗਾਂ ਦਾ ਟਾਈਮ ਮੈਨੂੰ ਪਤਾ ਨਹੀਂ ਕਿੱਦਾਂ ਦਾ ਵਾ ਮੇਰੇ 'ਤੇ ਜਿੱਧਰੋਂ ਵੀ ਸੁਨੇਹਾ ਮੈਨੂੰ ਆਉਂਦਾ ਤਾਂ ਪਹਿਲਾਂ ਬਨਾਰਸ ਹੀ ਲੈਣਾ ਪਹਿਲਾਂ ਬਨਾਰਸ ਹੀ ਲੈਣਾ ਜਿਸ ਪਿੰਡ ਦਾ ਵੀ ਮੈਨੂੰ ਰੁਕਾ ਆਉਂਦਾ ਵੀ ਬਨਾਰਸ ਹੀ ਲੈਣਾ ਮੇਰਾ ਰਹਿਣਾ ਤਾਂ ਬੜਾ ਮੁਸ਼ਕਲ ਹੋ ਗਿਆ ਬੰਦਿਆਂ ਨੇ ਫਿਰ ਉੱਤੇ ਉਹਦੇ ਚਾਰ ਤਿੰਨ ਬੰਦੇ ਇੱਕ ਚਾਰ ਬੰਦੇ ਉੱਤੇ ਪਹਿਰੇ 'ਤੇ ਰੱਖ ਦਿੱਤੇ ਅੱਛਾ ਜਿਲ੍ਹਾ ਰੱਖ ਦਿੱਤੇ ਕੁਦਰਤੀ ਕੋਈ ਦਿਹਾੜੇ ਨੰਗੇ ਨਾ ਉਹਦਾ ਪਤਾ ਲੱਗਾ ਤਾਂ ਨਾ ਸਾਡਾ ਪਤਾ ਲੱਗਾ ਜਿਲ੍ਹਾ ਅਸੀਂ ਇੱਥੇ ਆ ਗਏ ਨਾ ਫਿਰ ਉਹਦੀਆਂ ਸਾਨੂੰ ਚਿੱਠੀਆਂ ਆਉਂਦੀਆਂ ਅਤੇ ਅਲੀ ਬਖਸ਼ਾ ਉਹਨੇ ਹਾਂਜੀ ਚਿੱਠੀ ਆਉਣੀ ਇਹ ਕਹਿਣਾ ਵੀ ਹਾਲਤ ਬੜੀ ਮੰਦੀ ਆ ਹੁਣ ਅੱਛਾ ਉੱਥੇ ਸੀਗਾ ਸ਼ਹਿਨ ਸ਼ਾਹ ਹਾਲਤ ਬੜੀ ਮੰਦੀ ਆ ਗਰੀਬੀ ਆ ਉਹਨੇ ਬਨਾਰਸੀ ਨੇ ਕਹਿਣਾ ਅੱਛਾ ਜਦ ਨੂੰ ਫਿਰ ਚਿੱਠੀ ਦੁਬਾਰਾ ਆਈ ਅਲੀ ਬਖਸ਼ਾ ਓਕੇ ਹਾਂਜੀ ਅਖੇ ਕੁਛ ਅੱਗੇ ਨੂੰ ਕਿਸਾਲ ਵਾ ਅੱਛਾ ਜਿੰਨਾ ਉਹਨੂੰ ਕਹਿ ਗਿਆ ਕੁਛ ਅੱਗੇ ਨੂੰ ਕਿਸਾਲ ਵਾ ਹੁਣ ਗੁਜ਼ਾਰਾ ਬੜਾ ਸੋਹਣਾ ਤੁਰਨ ਲੱਗ ਪਿਆ ਕੋਈ ਚਿਰ ਪਾ ਕੇ ਫਿਰ ਹੁਣ ਚਿੱਠੀ ਕੱਢੀ ਚਿੱਠੀ 'ਤੇ ਲਿਖ ਦਿੱਤਾ ਵੀ ਜੇ ਜਵਾਬ ਦੇਵੇਂ ਤਾਂ ਦੁਬਾਰਾ ਚਿੱਠੀ ਪਾਊਂ ਅੱਛਾ ਜੇ ਜਵਾਬ ਨਾ ਦੇਵੇ ਮੈਂ ਚਿੱਠੀ ਨਹੀਂ ਪਾਉਣੀ ਸਾਡੇ ਬਾਬੂ ਨੇ ਜਵਾਬ ਹੀ ਨਾ ਦਿੱਤਾ ਕੋਈ ਅੱਛਾ ਹੁਣ ਮੁੜ ਕੇ ਚਿੱਠੀ ਨਹੀਂ ਪਾਈ ਸਾਨੂੰ ਹੁਣ ਵੀ ਉਹਦੀ ਔਲਾਦ ਹੋਏਗੀ ਹਾਂ ਹੁਣ ਔਲਾਦ ਹੈਗੀ ਆ ਅੱਛਾ ਤਾਂ ਤਾਂ ਨਹੀਂ ਨਾਮ ਦਾ ਹੋਣਾ ਹਾਂ ਨਾ ਨਹੀਂ ਸਾਨੂੰ ਉਹਦੇ ਕਿੱਥੇ ਰਹਿੰਦਾ ਇਹ ਵੀ ਨਹੀਂ ਲਿਖਿਆ ਨਾ ਉੱਤੇ ਅਤੇ ਮੈਂ ਫਲਾਨੇ ਥਾਂ ਆਇਆ ਕਿਉਂ ਫਿਰ ਤਾਂ ਮੇਲੇ ਹੋ ਜਾਂਦੇ ਸੀ ਉਹਦੇ ਨਾਲ ਮੁਲਾਕਾਤ ਸੀ ਅੱਲਾ ਦੀ ਰਹਿਮਤ ਬੜੀ ਸੀ ਬਹੁਤ ਹੀ ਫਸਲ ਹੁੰਦੀ ਸੀ ਪਾਣੀ ਜਿਹੜੇ ਬੇਲੀ ਹੁੰਦੇ ਸੀ ਉਹਨਾਂ ਚ ਕਿਸੇ ਦਾ ਨਾਂ ਯਾਦ ਆਇਆ ਸਾਰੇ ਬਹੁਤ ਨਾਂ ਯਾਦ ਕਿ ਮਸਲਾਂ ਕਿਹੜਾ ਦੁਆ ਇਹਨੂੰ ਗਲਾਹੰਦ ਨਿਆਮਤ ਪਾਈਆ ਉਹਨੂੰ ਭਾਈਆ ਹੀ ਕਹਿੰਦੇ ਸੀ ਸੀਗਾ ਉਹਦਾ ਨਾਂ ਹੋਰ ਦੁੱਲਾ ਅਜੀਜ ਮਾਨਤ ਇਹ ਸਾਰੇ ਸਾਡੇ ਆਪਣੇ ਇਹ ਕਾਫੀ ਪਾਉਂਦੇ ਮੰਨਦੇ ਆ ਜੀ ਜਿਹੜੇ ਤੁਹਾਡੇ ਉੱਥੇ ਆਪਣੇ 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 ਹੀ ਸੀ ਸਿੱਖਾਂ 'ਚੋਂ ਵੀ ਕੋਈ ਬੇਲੀ ਹੈਗਾ ਸੀ ਸਿੱਖਾਂ ਦੇ ਵਿੱਚ ਇਹ ਜਾਣਦੇ ਸਾਨੂੰ ਇਹੋ ਹੀ ਸੀ ਚਾਰੇ ਪੰਜੇ ਜਿਹੜੇ ਦੁਕਾਨਾਂ 'ਚ ਉਹ ਜਾਂਦੇ ਸੌਦਾ ਜੀ ਲਿਆਉਂਦੇ ਨਿਆਣੇ ਨੂੰ ਕਰ ਦੇਣਾ ਵੀ ਸੌਦਾ ਉੱਥੋਂ ਲਾਇਆ ਤਾਂ ਸਾਨੂੰ ਯਾਦ ਹੋਏ ਹੋਰ ਬਾਕੀ ਦੇ ਨਾਂ ਹੈਗੇ ਆ ਚੂੜੀਆਂ 'ਚ ਮਿਆਰਾਂ ਦੇ ਵਿੱਚ ਹੈਗੇ ਆ ਉਹ ਅਸੀਂ ਇਸ ਗੱਲ ਨੂੰ ਤਵੱਜੋ ਨਹੀਂ ਕਰਦੇ ਚਲੋ ਜੀ ਨਾਜ਼ਰੀਨ ਬਾਬਾ ਜੀ ਹੋਰਾਂ ਦੀਆਂ ਗੱਲਾਂ ਤੁਸੀਂ ਸੁਣੀਆਂ ਬਾਬਾ ਜੀ ਨੇ ਨਕਸ਼ਾ ਖਿੱਚ ਕੇ ਰੱਖ ਦਿੱਤਾ 47 ਦੀ ਵੰਡ ਦਾ ਕਿ ਕਿਵੇਂ ਉਹ ਆਏ ਖਨੌੜੇ ਤੋਂ ਕਿਵੇਂ ਕਿਵੇਂ ਹਿਜਰਤ ਕਰਕੇ ਅਤੇ ਝੂੜ ਵਾਲੀ ਅਤੇ ਫਿਰ ਬੜੇ ਰਸਤੇ ਦੇ ਵਿੱਚ ਜਿਹੜੇ ਗੜਾ ਅਤੇ ਫਿਰ ਸਾਰੇ ਇਹਨਾਂ ਇਲਾਕਿਆਂ ਦੇ ਵਿੱਚੋਂ ਦੀ ਗੁਜ਼ਰ ਕੇ ਬਾਬਾ ਜੀ ਹੋਰੀ ਆਏ ਅਤੇ ਮੁਸ਼ਕਲਾਂ ਇੰਜ ਦੀਆਂ ਵੀ ਵੇਖੀਆਂ ਵੀ ਪਾਣੀ ਜਿਨ੍ਹਾਂ ਦੇ ਵਿੱਚ ਸੁੰਡੀਆਂ ਐਡੇਡੀਆਂ ਤੁਰੀਆਂ ਫਿਰਦੀਆਂ ਹੁੰਦੀਆਂ ਸਨ ਅੱਖਾਂ ਬੰਦ ਕਰਕੇ ਉਹ ਪਾਣੀ ਪੀਂਦੇ ਰਹੇ ਔਰ ਰਸਤੇ ਦੇ ਵਿੱਚ ਆਪਣੇ ਦਾਦੇ ਦੀ ਕੁਰਬਾਨੀ ਵੀ ਦਿੱਤੀ ਅਸਲ ਅਜ਼ੀਮ ਲੋਕ ਸਨ ਇਹ ਜਿਨ੍ਹਾਂ ਨੇ ਆਪਣਾ ਸਾਰਾ ਕੁਛ ਕੁਰਬਾਨ ਕਰਕੇ ਅਤੇ ਇੱਧਰ ਆਏ ਇਹ ਲੋਕ ਜਿਹੜੇ ਨੇ ਵਾਕਈ ਦਾਤ ਦੇ ਕਾਬਲ ਨੇ ਰੱਬ ਸੋਹਣਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਮੈਂ ਵਸੀਮ ਹੈਦਰ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜ਼ਮ ਅਤੇ ਹੈਦਰ ਅਲੀ ਦਰਵੇਸ਼ ਦੇ ਨਾਲ ਇਜਾਜ਼ਤ ਚਾਹਵਾਂਗਾ ਰੱਬ ਰਾਖਾ ਅੱਲਾ ਵਾਹ